ভিউয়ার্স ওয়েলকাম ব্যাক টু आवर প্রোগ্রামস ও ভিউয়ার্স ਗੱਲਬਾਤ ਕਰਨ ਜਾ ਰਹੇ ਆ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਯੋਧਿਆ ਦੇ ਰਾਮ ਮੰਦਰ ਦੇ ਤਮਾਸ਼ੇ ਤੋਂ ਸੇ ਕੌਮ ਨੇ ਦੂਰੀ ਹੀ ਬਣਾ ਕੇ ਰੱਖੀ ਐ ਹਾਲਾਂਕਿ ਕੁਝ ਪਾੜੇ ਦੇ ਟੱਟੂ ਜ਼ਰੂਰ ਬਾਂਦਰਾ ਵਾਂਗ ਇਸ ਸਰਕਸਟਾ ਹਿੱਸਾ ਬਣੇ ਸੋ ਨਾਲ ਹੀ ਆਪਾਂ ਤੁਹਾਡੇ ਕਮੈਂਟ ਨੇ ਔਰ ਪਾਣੀ ਵਿਚਾਰਾਂ ਦੀ ਜਿਹੜੀ ਸਾਂਝ ਪਾਣ ਜਾ ਰਹੇ ਆ ਸੋ ਅਸੀਂ ਚਾਹਾਂਗੇ ਇੱਕ ਤੁਸਾਨੀ ਸਿਰ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈ ਐਂ ਲਿਖਨੇ ਤੁਹਾਡਾ ਸਭ ਤੋਂ ਆਪੋ ਪਾ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਿਸ تامチャम ਨਾਲ ਜਿਹੜੀ ਪ੍ਰਾਣ ਪ੍ਰਤੀਸ਼ਠਾ RAM ਲੱਲਾ ਦੀ ਮੂਰਤੀ ਦੀ ਕਰਨ ਦੇ ਨਾਂ ਥੱਲੇ ਇਹਨਾਂ ਨੇ ਇੱਕ ਖੌਫਰ ਡਰ ਖੜਾ ਕੀਤਾ ਸੀ ਹਮਮ ਔਰ ਉਦੇ ਚਿੰਦੇ ਤੱਕ ਕੋਈ ਸ਼ੱਕ ਨਹੀਂ ਹੈ ਕਿ ਤੁਹਾਨੂੰ 20 ਕਰੋੜ ਭਾਰਤ ਦੇ ਮੁਸਲਮਾਨਾਂ ਚੋਂ ਕੋਈ ਜਿਹੜੀ ਹੈ ਉਹ ਨੈਗੇਟਿਵਿਟੀ ਦੀ ਆਵਾਜ਼ ਸੁਣਨ ਨੂੰ ਨਹੀਂ ਮਿਲੀ ਹਾਲਾਂ ਪਾਰਟਿਸਪੇਸ਼ਨ ਜਿਨ੍ਹਾਂ ਨੂੰ ਵੀ ਉਹਨਾਂ ਨੇ ਉਹਨਾਂ ਚੋਂ ਕੋਈ ਫਿਲਮੀ ਐਕਟਰ ਜਾਂ ਦੂਜਾ ਉਹ ਜਿਹੜੇ ਜ਼ਰੂਰ ਗਏ ਲੇਕਨ ਕੋਈ ਨੈਗੇਟਿਵਿਟੀ ਕਿਤੇ ਉਹ ਨਹੀਂ ਹੈ ਹਾਂ ਫਾਰੂਖ ਅਬਦੁੱਲਾਹ ਨੇ ਜ਼ਰੂਰ ਕਿਹਾ ਕਿ ਜੀ ਇਹ ਕੋਈ ਜ਼ਬਰਦਸਤੀ ਨਹੀਂ ਹੈ ਪਰ ਨਾਲ ਦੀ ਨਾਲ ਉਹਨੇ ਕਪਲ ਸਿਬਲ ਦੇ ਸ਼ੋਅ ਦੇ ਵਿੱਚ ਰਾਮ ਭਜਨ ਵੀ ਗਾਇਆ ਉਹਨੇ ਕਿਹਾ ਕਿ ਜੀ ਤੁਹਾਨੂੰ ਬਹੁਤ ਚੰਗਾ ਲੱਗਦਾ ਰਾਮ ਭਜਨ ਗਾਓ ਤੇ ਉਹਨੇ ਜਿਹੜਾ ਉਹ ਰਾਮ ਭਜਨ ਵੀ ਗਾਇਆ ਔਰ ਮੈਨੂੰ ਇਹ ਫਿਕਰ ਸੀ ਕਿ ਵੀ ਜਿਸ ਕਿਸਮ ਦਾ ਇਸ ਵੇਲੇ ਡੈਸਪਰੇਟ ਅਕਾਲੀ ਲੀਡਰਸ਼ਿਪ ਹੈ ਬਾਦਲ ਔਰ ਉਹ ਸਾਰਾ ਮਜੀਠਿਆ ਉਹਨੂੰ ਡਰਗ ਕੇਸ ਦੇ ਵਿੱਚ ਹੈ ਔਰ ਦੂਸਰਾ ਹੈ ਕਿ ਭਈ ਇਹਨਾਂ ਨੂੰ ਜਿਹੜਾ ਇਹ ਜਾਣਗੇ ਔਰ ਇਹ ਈਵਨ ਕਿਉਂਕਿ ਜਥੇਦਾਰ ਅਕਾਲ ਤਖਤ ਹੋਏ ਜਾਂ ਕੇਸਗੜ ਸਾਹਿਬ ਹੋਏ ਜਿਨ੍ਹਾਂ ਨੂੰ ਜਾ ਕੇ ਇਹ ਉਹਨਾਂ ਦੀ ਜਿਹੜੀ ਵਿਸ਼ਵ Hindu ਪਰਿਸ਼ਦ ਦੀ ਇਹ ਸਾਰੀ ਖੇਡ ਵਾਲੇ ਨੇ ਜਿਸ ਦੇ ਵਿੱਚ ਚੰਪਤ ਰਾਏ ਜਿਹੜਾ ਇਹ ਸਾਰੀ ਕਮੇਟੀ ਦਾ ਜਿਹਨਾਂ ਇਨਵੀਟੇਸ਼ਨ ਦਿੱਤੇ ਨੇ ਸਾਰਿਆਂ ਨੂੰ ਕਿ ਵੀ ਉਹਨਾਂ ਨੂੰ ਵੀ ਦੇਣਗੇ 100 ਦੇ ਕਰੀਬ ਉਹਨਾਂ ਨੇ ਸਿੱਖ ਖਾਡ ਅੱਡ ਸੰਸਥਾਵਾਂ ਦੇ ਜਾਂ ਦੂਸਰਿਆਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਔਰ ਦਿੱਲੀ ਕਮੇਟੀ ਵਾਲੇ ਵੀ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਹਾਲਾਂ ਜ਼ਰੂਰ ਕਿਤੇ ਨਾ ਕਿਤੇ ਤਾਂ ਹੋਏਗਾ ਕੁਝ ਨੇ ਬਿਆਨ ਦਿੱਤੇ ਸੀ ਕਿ ਜੀ ਦੀਵੇ ਜਗਾਓ ਤੇ ਫਲਾਣਾ ਕਰੋ ਲੇਕਿਨ ਇਸ ਗੱਲ ਦੀ ਖੁਸ਼ੀ ਹੈ ਕਿ ਇੰਨੇ ਦਬਾਅ ਦੇ ਹੁੰਦੇ ਆ ਔਰ ਇਸ ਕਿਸਮ ਦੇ ਵੀ ਜਿਹੜੇ ਕੁਝ ਜਿਹੜੇ ਕੱਚ ਕਰੜ ਕਿਸਮ ਦੇ ਪ੍ਰਚਾਰਕ ਔਰ ਦੂਜੇ ਜਿਹੜੇ ਤ੍ਰੇਤੇ ਦੇ ਅਵਤਾਰ ਰਾਮ ਜੀ ਨਾਲ ਜੋੜ ਕੇ ਕਿ ਸਿੱਖੀ ਦਾ ਵੀ ਜਿਹੜਾ ਔਰ ਨਾਮ ਧਾਰੀਆਂ ਦਾ ਇੱਕ ਟੋਲਾ ਉਹ ਤਾਂ ਉੱਥੇ ਜਾ ਕੇ ਜਿਹੜਾ ਉਹ ਟਲੀਆਂ ਖੜਕਾਉਂਦੇ ਰਹੇ ਲੰਗਰ ਦੇ ਨਾਂ ਥੱਲੇ ਵੀ ਜਾ ਇੱਕ ਉਹ ਡਰਾਮੇਬਾਜ਼ ਜਿਹੜਾ ਹਰਨਬਾਦ ਸਾਇਆ ਸਾਹਮਣੇ ਕਿ ਵੀ ਉਹ ਜ਼ਬਰਦਨਾਜ਼ ਜ਼ਿੰਮੇਵਾਰ ਹਰਜੀਤ ਸਿੰਘ ਰਸੂਲਪੁਰ ਨਾਂ ਦਾ ਨਿਹੰਗ ਉਹ ਉਸ ਨੂੰ ਉਹਨਾਂ ਨੇ ਜਿਹੜਾ ਉੱਥੇ ਮੰਜੀ ਜਈ ਤੇ ਬਿਠਾਇਆ ਰ ਜਾ ਕੇ ਦੋ ਚਾਰ ਹੋਰ ਸੀ ਲੇਕਨ ਪੋਲਾਈਟਲੀ ਅ ਅਕਾਲ ਤਖਤ ਦੇ ਜਥੇਦਾਰ ਵੱਲੋਂ ਵੀ ਹਮ ਔਰ ਈਵਨ ਸੁਖਬੀਰ ਬਾਦਲ ਉਹਨਾਂ ਦਾ ਜਿਹੜਾ ਲੈਟਰ ਘੁੰਮ ਰਿਹਾ ਸਾਰੇ ਪਾਸੇ ਉਹਦੇ ਚ ਉਹਨਾਂ ਨੇ ਕੋਈ ਨਾ ਪੱਕੀ ਲਾਈਨ ਤਾਂ ਨਹੀਂ ਲਈ ਲੇਕਿਨ ਇਹ ਜਿਹੜਾ ਇਹ ਕਿਹਾ ਕਿ ਜੀ ਤੁਹਾਡਾ ਬਹੁਤ ਸ਼ੁਕਰੀਆ ਸਾਰੇ ਹਿੰਦੂ ਜਗਤ ਨੂੰ ਮੁਬਾਰਕ ਪਾਰਟੀ ਵੱਲੋਂ ਅਸੀਂ ਜਿਹੜਾ ਵਧਾਈ ਪੇਸ਼ ਕਰਦੇ ਹਾਂ ਔਰ ਇਹ ਸਭ ਪੇਜ ਜੇ ਸਦਾ ਪੱਤਰ ਜੋ ਤੁਸੀਂ ਸਾਨੂੰ ਭੇਜਿਆ ਉਹਦੇ ਲਈ ਤੁਹਾਡਾ ਸ਼ੁਕਰੀਆ ਇਹ ਉਹ ਅਸੀਂ ਸਾਰੇ ਹਿੰਦੂ ਪਾਈਚਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭ ਬਿਛਾਵਾਂ ਲੱਖ ਲੱਖ ਬਧਾਈਆਂ ਔਰ ਇਹ ਸਾਰਾ ਚਲੋ ਇਹ ਇੰਨੇ ਕੋ ਨਟੰਕੀ ਤਾਂ ਸਮਝ ਆ ਸਕਦੀ ਹੈ ਪਰ ਮੈਂ ਸਮਝਦਾ ਬਈ ਇਹਨਾਂ ਦਾ ਨਾ ਜਾਣਾ ਨਹੀਂ ਤਾਂ ਇਹ ਸੁਖਬੀਰ ਬਾਦਲ ਮੂੰਹ ਸਿਰ ਤੇ ਹੋਲੀ ਮਾਲਕ ਆਪਣੇ ਮੁੰਡੇ ਦੇ ਨਾਲ ਜਿਵੇਂ ਦਾ ਸੀ ਮੈਂ ਕਿਹਾ ਵੀ ਇਹ ਤਾਂ ਤਿਲਕਾਂ ਦੇ ਨਾਲ ਲੱਦ ਦੇਣਾ ਇਹਨੂੰ ਇਹਦੇ ਮੂੰਹ ਨੂੰ ਔਰ ਦੂਜਾ ਵੀ ਜਥੇਦਾਰ ਦਾ ਜਾਣਾ ਤਾਂ ਵੈਸੇ ਹੀ ਬੜਾ ਡਿਸਗਰੇਸਫੁਲ ਹੁੰਦਾ ਸੋ ਚਲੋ ਇਨ ਹਾਂ ਕਾਮਿਕ ਅਠਗਣਤੀ ਕਮਿਸ਼ਨ ਦਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜਿਹੜਾ ਇਹ ਕਹਿੰਦਾ ਮੋਦੀ ਤਾਂ ਸਿੱਖ ਹੈ ਉਹਨੇ ਤਾਂ ਮੈਨੂੰ ਕਿਹਾ ਇਕਬਾਲ ਸਿੰਘ ਜੀ ਮੈਂ ਤਾਂ ਅਮਰਜੈਂਸੀ ਕੇ 21 ਮਹੀਨੇ ਸਿੱਖੀ ਰੂਪੇ ਰਹਾ ਮੁੱਝੇ ਕਰਵਾ ਲਓ ਜੋ ਸਿੱਖੋਂਗਾ ਮੈਂ ਸਿੱਖ ਕਿਉਂ ਦੇਖੋ ਉਹਦਾ ਮੱਥੇ ਦੇ ਉੱਤੇ ਮੇਰਾ ਖਿਆਲ ਹੈ ਮੈਂ ਟੈਕਨੀਕਲ ਟੀਮ ਨੂੰ ਕਹਾਵਾਂਗਾ ਉਹਦੀ ਸ਼ਕਲ ਦਿਖਾ ਦੇਣ ਇਕਬਾਲ ਸਿੰਘ ਲਾਲਪੁਰੇ ਦੀ ਔਰ ਇਹ ਉੱਥੇ ਜਿਹੜਾ ਉਹਨੇ ਬڑے ਉਹਦੇ ਭਗਵਾਨ ਰਾਮ ਦੇ ਰੰਗ ਚ ਡੁੱਬਿਆ ਈਦਾਂ ਦੇ ਹੋਰ ਵੀ ਦੋ ਤਿੰਨ ਡਰਾਮੇਬਾਜ਼ ਨਜ਼ਰ ਆਏ ਲੇਕਿਨ ਬਾਈ ਐਂਡ ਲਾਰਜ ਸਿੱਖਾਂ ਨੇ ਇਸ ਦੀ ਇਸ ਤੋਂ ਜਿਹੜਾ ਉਹ ਡਿਸਟੈਸ ਬਣਾ ਕੇ ਰੱਖਿਆ ਔਰ ਮੈਂ ਹਾਲਾਂ ਗੁਰਬਾਣੀ ਦਾ ਸ਼ਲੋਕ ਵੀ ਕੱਢਿਆ ਹੋਇਆ ਹੈ ਕਿ ਭਾਈ ਕਿਵੇਂ ਜਿਹੜਾ ਇਸ ਦੇ ਉੱਤੇ ਗੁਰੂ ਸਾਹਿਬ ਦੀ ਲਾਈਨ ਹੈ ਪਰ ਮੈਂ ਘੜੀ ਵੀ ਦੇਖ ਰਹੇ ਹਾਂ ਔਰ ਅਸੀਂ ਆਪਣੇ ਵਿਊਅਰਸ ਦੇ ਮੈਸੇਜਸ ਨੂੰ ਵੀ ਤਾਂ ਦੇਣਾ ਚਾਹੁੰਦੇ ਸੋ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹਾਂ ਠੀਕ ਹੈ ਨੂੰ ਪ੍ਰੋਬਲਮ ਸੋ ਆਪਾਂ ਆਪਣੇ ਮੈਸੇਜ ਲੈਣ ਜਾ ਰਹੇ ਹਾਂ YouTube ਦੇ ਉੱਪਰ ਲਾਈਵ ਮੈਸੇਜ ਸਭ ਦੇ ਜਿਹੜੇ ਕਮੈਂਟ ਨੇ ਉਹਨਾਂ ਦਾ ਪਹਿਲਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਕਰੀਆ ਅਦਾ ਕਰਦਾ ਨਹੀਂ ਆ ਔਰ 인ਦਰਜੀਤ ਸਿੰਘ ਸੰਧੂ ਫਤਿਹ ਬੁਲਾਉਂਦੇ ਨੇ ਖਾਲਸਾ ਦੇਸ਼ ਪੰਜਾਬੀ ਹਮੇਸ਼ਾ ਹੀ ਸਾਡੇ ਰੈਗੂਲਰ ਵੀਅਰ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਰਮਿੰਦਰ ਸਿੰਘ ਜੀ ਉਹਨਾਂ ਨੂੰ ਸ਼ਿਕਾਇਤ ਹੈ ਕਹਿੰਦੇ ਯੂ ਗਾਇਜ਼ ਡੋਨਟ ਅਨਸਰ ਫੋਨ ਕਾਲਸ ਔਨ WhatsApp ਉਹ ਮੇਰਾ ਖਿਆਲ ਹੈ ਵੀ ਕੋਈ ਆਡ ਆਵਰ ਤੇ ਨਾ ਹੋਏ ਲੇਕਿਨ ਟੈਕਨੀਕਲ ਟੀਮ ਔਰ ਜਿਹੜੇ ਇਹਨੂੰ ਹੈਂਡਲ ਕਰਦੇ ਨੇ ਉਹ ਸੁਣ ਹੀ ਰਹੇ ਨੇ ਇਸ ਨੂੰ ਇਹ ਸ਼ਿਕਾਇਤ ਹੈ ਔਰ ਜੈਨੂਇਨ ਸ਼ਿਕਾਇਤ ਹੈ ਇਸ ਦਾ ਨੋਟਿਸ ਹਾਂ ਨੋਟਿਸ ਲਿਆ ਜਾਏ ਹਾਂਜੀ ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਜਸਪੀਰ ਭਾਜੀ ਰੈਗੂਲਰ ਵੀਰ ਨੇ ਸਾਡੇ ਇਹ ਵੀ ਫਤਿਹ ਬੁਲਾ ਕੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਮਨਜੀਤ ਸਿੰਘ ਖਾਲਸਾ ਜਿੰਦਾਬਾਦ ਜਸਪੀਰ ਭਾਜੀ ਹਮੇਸ਼ਾ ਆਉਂਦੇ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਸੈਕਸਪੋਰਟ ਜਸਟਿਸ ਸੰਦਾਬਾਦ ਫਿਰ ਇਸੇ ਤਰ੍ਹਾਂ ਜਤ ਸਿੰਘ ਜੀ ਕਹਿੰਦੇ ਨੇ ਇਹ ਆਪਣਾ ਜਾਣਿਆਂ ਨੂੰ ਵੀ ਆਪਣੇ ਜਨਿਆਂ ਨੂੰ ਵੀ ਛਾੜ ਦਿੰਦੇ ਨੇ ਮੇਰੇ ਖਾਲ ਜਿਹੜਾ ਆਪਾਂ ਪਹਿਲਾ ਸੈਗਮੈਂਟ ਕੀਤਾ ਉਹਦੇ ਵਿੱਚ ਉਹਨਾਂ ਦਾ ਮੈਂ ਕਿਹਦਾ ਕੰਮ ਹੋਏਗਾ ਸੋ ਇਸੇ ਤਰ੍ਹਾਂ ਫਿਰ ਖਾਨ ਬਨਾਰਸ ਜੀ ਖਾਲਸਾ ਜ਼ਿੰਦਾਬਾ ਕੁਲਦੀਪ ਕੋਰ ਪੰਜਾਬ ਹਲ ਖਾਲਸਾ ਜਤ ਸਿੰਘ ਆਜ਼ਾਦੀ ਹਾਲ ਹੈ ਔਰ ਇਸੇ ਤਰ੍ਹਾਂ ਜਤ ਸਿੰਘ ਕਹਿੰਦੇ ਨੇ ਇਹਨਾਂ ਨੂੰ ਦਫਾ ਕਰੋ ਤੇ ਗੁਪਤੇ ਦੀ ਗੱਲ ਕਰੋ ਯੂਐਸਏ ਨੇ ਇਹ ਖਾਣਾ ਗੁਪਤੇ ਦੀ ਗੱਲ ਤਾਂ ਫਰਾਈਡੇ ਹੋ ਗਈ ਹੁਣ ਬਸ ਵਾਪਸ ਆਣ ਦੇ ਉੱਤੇ ਹੀ ਕਹਿੰਦੇ ਨੂੰ ਖਾਣਾ ਦਿੱਤਾ ਹੈ ਕਿ ਨਹੀਂ ਦਿੱਤਾ ਨਹੀਂ ਕਿਸੇ ਨੇ ਸਾਨੂੰ ਲਿਖਿਆ ਕਹਿੰਦਾ ਜੀ ਬਸ ਹੁਣ ਗੁਪਤੇ ਦੀ ਡੋਲੀ ਉੱਥੋਂ ਤੁਰਨ ਵਾਲੀ ਹੈ ਮੈਂ ਕਹਿੰਦਾ ਬਿਲਕੁਲ ਠੀਕ ਹੈ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਟੀਵੀ ਰਿਪੋਰਟ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਫਤਿਹ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ ਫਿਰ ਕਹਿੰਦੇ ਨੇ ਸਿੱਖ ਸਟੈਂਟਨ ਕਿੰਨੇ ਕੋਈ ਸਿੱਖ ਪ੍ਰਚਾਰਕ ਵਧਾਈ ਦਿੰਦੇ ਹਨ ਉਹ ਕਹਿ ਰਹੇ ਹਨ ਕਿ ਸਿੱਖਾਂ ਨੂੰ ਹੁਣ ਭਾਰਤ ਵਿੱਚ ਇਤਿਹਾਸ ਗੁਰਦੁਆਰੇ ਬਣਾਉਣੇ ਚਾਹੀਦੇ ਹਨ ਕੋਈ ਨਹੀਂ ਇਹ ਵੀ ਨਾਲ ਨਾਲ ਹੀ ਰਹਣੇ ਨੇ ਇਹਨਾਂ ਨੂੰ ਅਸੀਂ ਰੈਂਟਾ ਸਿੱਖ ਕਹੀ ਹੈ ਕਿ ਮਸਨਰੀ ਕਹੀ ਹੈ ਕਿ ਹਾਂਜੀ ਅਕਲ ਦੇ ਅੰਨੇ ਕਹੀ ਹੈ ਪਰ ਇਹ ਨਾਲ ਨਾਲ ਹੀ ਰਹਣੇ ਨੇ ਬਾਈ ਐਂਡ ਆਰਚ ਸਿੱਖ ਕੌਮ ਨੇ ਡਿਸਟੈਂਸ ਬਣਾ ਕੇ ਰੱਖਿਆ ਹੈ ਔਰ ਤਖਤ ਦੇ ਜਥੇਦਾਰਾਂ ਦਾ ਇਵਨ ਅਕਾਲੀ ਦਲ ਦੇ ਹਾਇਰ ਅਫੀਸ਼ੀਅਲਸ ਦਾ ਕਿਸੇ ਦਾ ਨਾ ਹੋਣਾ ਇਹ ਡਾਇਸਪੋਰਾ ਸਿੱਖਾਂ ਦਾ ਦੇ ਪ੍ਰੈਸ਼ਰ ਦੀ ਬਦੌਲਤ ਹੈ ਨੀਤਾ ਇਹਨਾਂ ਨੇ ਤਾਂ ਉੱਥੇ ਜਾ ਕੇ ਪੂਰੇ ਮੱਥੇ ਰੰਗੇ ਹੋਣੇ ਸੀ ਜਸਕੀਰਤ ਸਿੰਘ ਜੀ ਫਤਿਹਵਾਲਾ ਨੇ ਖਾਲਸਾ ਜਿੰਦਾਬਾਦ ਕਹਿੰਦੇ ਨੇ ਮਨਪ੍ਰੀਤ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਤੇ ਪੈਨੀਲੂਖਰ ਜੀ ਟੀਵੀ 84 ਦੀ ਸਾਰੀ ਟੀਮ ਨੂੰ ਫਤਿਹਵਾਲਾ ਦੇ ਨੇ ਵਾਇਗਜ਼ ਜੀ ਕਾ ਖਾਲਸਾ ਵਾਇਗਜ਼ ਜੀ ਕੀ ਫਤਿਹ ਖਾਲਸਾ ਜਿੰਦਾਬਾਦ ਗੁਰਪ੍ਰੀਤ ਸਿੰਘ ਜੀ ਪੰਜਾਬ ਰੈਫਰੰਡਮ ਲਹਿਰ ਜਿੰਦਾਬਾਦ ਖਾਲਸਾ ਜਿੰਦਾਬਾਦ ਲਖਵਿੰਦਰ ਸਿੰਘ ਪੰਨੂ ਪਿੰਡ ਲੋਹਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਖਾਲਸਾ ਜਿੰਦਾਬਾਦ ਕਹਿੰਦੇ ਨੇ ਐਨ ਦਰਵਿੰਦਰ ਸਿੰਘ ਜੀ ਵੀ ਆਏ ਨੇ ਬਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਕਮਾਂਡੋ ਫੋਰਸ ਪਾਬਾ ਜੀ ਵੀ ਫਤਿਹ ਬੁਲਾਉਂਦੇ ਨੇ ਐਨ ਗੁਰਮੇਲ ਸਿੰਘ ਜੀ ਵੀ ਹਮੇਸ਼ਾ ਤਰ੍ਹਾਂ ਸਾਨੂੰ ਫਤਿਹ ਬੁਲਾਉਂਦੇ ਨੇ ਗੁੱਡ ਮੈਸੇਜ ਹੁੰਦਾ ਉਹਨਾਂ ਦਾ ਔਰ ਅਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਿੰਘ ਨਵਜੋਤ ਪੰਜਾਬ ਬਣੇਗਾ ਖਾਲਸਾ ਫਿਰਸ਼ਿੰਦਾ ਗਿਲਜੀ ਵੀ ਨੇ ਨਿਹੰਗ ਸਿੰਘ ਜੀ ਕਹਿੰਦੇ ਵੀ ਅਪਰੀਸ਼ੀਏਟ ਬੀਬੀ ਅਮਨ ਜੋਤ ਕੋਰਜ਼ ਰਾਈਟਿੰਗ ਐਕਸਲੈਂਟ ਰਾਈਟਿੰਗ ਉਹਨਾਂ ਨੇ ਕਿਹਾ ਐਂਡ ਫਿਰ ਇਸੇ ਤਰ੍ਹਾਂ ਜਿਸ ਪਾਲ ਸਿੰਘ ਕਾਲੇ ਵੀ ਕਹਿੰਦੇ ਨੇ ਭਾਈ ਸਾਹਿਬ ਜੀ ਆਜ਼ਾਦੀ ਹਾਲ ਹੈ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਵਾਓ ਗੁਰਨਾਮ ਗੁਮਨਾਮ ਜੀ ਫੈਂਟੈਸਟਿਕ ਉਹਨਾਂ ਦੇ ਆਪਾਂ ਲੈਕਚਰ ਹੀ ਹੈ ਪੜੀ ਹੈ ਔਰ ਬੈਸਟ 130 ਉਹਨਾਂ ਨੇ ਕਾਫੀ ਸਾਰੇ ਮੈਸੇਜੇ ਕਹਿੰਦੇ ਨੇ ਖਾਲਸਾ ਜਿੰਦਾਬਾਦ ਕਹਿੰਦੇ ਮੈਂ ਆਇਆ ਗੱਡੀ ਮੋੜ ਕੇ ਸੋਨਾ ਇਸ ਹਾਲ ਆਜ਼ਾਦੀ ਹੈ ਉਹਨਾਂ ਦੇ ਸਾਰੇ ਮੈਸੇਜੇ ਨੇ ਐਂਡ ਫਿਰ ਕਹਿੰਦੇ ਨੇ ਖਾਲਸਾ ਪਾਕ ਚਾਇਨਾ ਜਿੰਦਾਬਾਦ ਕਹਿੰਦੇ ਨੇ ਐਂਡ ਗੁਰਫਤੇ ਵੀ ਬੁਲਾਉਂਦੇ ਨੇ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆਗਾ ਇਹ ਥੱਲੇ ਜਾ ਕੇ ਹਾਂਜੀ ਬਲਦੇਵ ਮੋਰ ਜੀ ਕਹਿੰਦੇ ਨੇ ਕਿ ਵਾਈ ਵਾਈ ਆਰ ਵਰੀ ਅਬਾਊਟ ਆਫ ਪਾਕਿਸਤਾਨ Who didn't stand against the transnational killing that happened and Pakistan and India will never support Khalistan as they know this will shift their boundaries ਅ ਦੇਖੋ ਬਲਦੇਵ ਸਿੰਘ ਜੀ ਕਈ ਵਾਰ ਅਸੀਂ ਜ਼ਜ਼ਬਾਤੀ ਪਹੁੰਚ ਰੱਖਦੇ ਹਾਂ ਇਸ਼ੂਜ਼ ਦੇ ਉੱਤੇ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਆਪਣੇ ਕ੍ਰਾਈਸਿਸ 'ਚ ਵੀ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਕੋਈ ਓਪਨਲੀ ਸਟੇਜ ਦੇ ਉੱਤੇ ਉਹਨਾਂ ਦੀ ਇੰਟਰਨੈਸ਼ਨਲ ਸਪੋਰਟ ਦੀ ਤਵਕਕ ਨਹੀਂ ਰੱਖਦੇ ਅੱਛਾ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੀ ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਕਿ ਇਸਲਾਮਿਕ ਮੁਲਕ ਹੁੰਦੇ ਆ ਵੀ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀਦੀ ਕਰਤਾਰਪੁਰ ਸਾਹਿਬ ਕਾਰਿਡੋਰ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਦੀ ਹਕੂਮਤ ਔਰ ਉਹਨਾਂ ਦੀ ਫੌਜ ਉਹਨਾਂ ਨੇ ਇਸ ਨੂੰ ਪ੍ਰੈਕਟੀਕਲ ਬਣਾਇਆ ਔਰ ਪਿਵਿਖ ਦੇ ਵਿੱਚ ਅਸੀਂ ਜਦੋਂ ਈਵਨ ਬਾਉਂਡਰੀਜ਼ ਤਾਂ ਅਸੀਂ ਪਾਕਿਸਤਾਨ ਦੇ ਨਾਲ ਤਾਂ ਕੋਈ ਬਦਲਣ ਨੂੰ ਕਹਿੰਦਾ ਹੀ ਨਹੀਂ ਹੈ ਅਸੀਂ ਜਦੋਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੀ ਗੱਲ ਕਰਦੇ 47 ਚ ਅਸੀਂ ਪਾਕਿਸਤਾਨ ਤੋਂ ਤਾਂ ਆਪਣਾ ਹਿੱਸਾ ਲੈ ਲਿਆ ਜਦੋਂ ਅਸੀਂ ਪੰਜਾਬ ਦੀ ਵੰਡ ਨੂੰ ਜਿਹੜਾ ਉਹ ਉਹਦੇ ਉਦੇ ਤੇ ਜ਼ੋਰ ਲਾਇਆ ਔਰ 29 ਜ਼ਿਲਿਆਂ ਚੋਂ 13 ਜ਼ਿਲ੍ਹੇ ਆ ਗਏ ਸੋ ਪਾਕਿਸਤਾਨ ਨਾਲ ਤਾਂ ਸਾਡਾ ਕੋਈ ਬਾਉਂਡਰੀ ਕਰਾਈਸਿਸ ਨਹੀਂ ਹੈ ਇਧਰ ਅਸੀਂ ਆਪਣੀ ਬਾਉਂਡਰੀ ਜਿਹੜੀ ਹੈ ਉਹ ਬਣਾਣੀ ਹੈ ਔਰ ਪਾਕਿਸਤਾਨ ਹਮੇਸ਼ਾ ਨੇਬਰ ਹੈ ਨੇਬਰ ਰਹਿਣਾ ਹੈ ਟ੍ਰੇਡ ਰਿਲੇਸ਼ਨਸ ਤੁਹਾਡੇ ਸੈਂਟਰਲ ਏਸ਼ੀਆ ਤੱਕ ਜਾਣ ਦੇ ਲਈ ਔਰ ਇਹ ਸਾਰੇ ਦੇ ਚੱਲਦੇ ਆ ਮੇਰਾ ਖਿਆਲ ਹੈ ਵੀ ਕਈ ਵਾਰ ਸਾਡਾ ਇੱਕ ਤਬਕਾ ਖਾਮ ਖਾ ਇਸ ਨੂੰ ਇੱਕ ਡਿਫਰੈਂਟ ਝੁਰੋਖੇ ਚੋਂ ਦੇਖਣ ਲੱਗ ਜਾਂਦਾ ਹੈ ਇਹ ਠੀਕ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਰਹੇ ਨੇ ਜਬਲ ਸੇ ਨੇ ਪਰ ਜਦੋਂ ਲੋੜਾਂ ਬਦਲਦੀਆਂ ਨੇ ਕੋਈ ਤਾਕਤਵਰ ਬਣ ਕੇ ਉੱਭਰਦਾ ਫਿਰ ਇਹ ਵੀ ਹੁੰਦਾ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਤਾਕਤ ਆਂਦੀ ਹੈ ਤੇ ਫਿਰ ਦੁਸ਼ਮਨ ਤੇ ਸਭ ਹੋ ਨੇ ਮੀਤਾ ਅਨਿਤ ਕਿ ਭਾਈ ਜਦੋਂ ਤੁਹਾਡੇ ਕੋਲ ਕਿਸ ਉਦਮ ਤੇ ਰਾਜ ਮਿਲੈ ਹਾਂਜੀ ਸੋ ਮੇਰਾ ਖਿਆਲ ਹੈ ਇਹਨੂੰ ਇਵੇਂ ਹੀ ਦੇਖਣਾ ਚਾਹੀਦਾ ਹੈ ਬਿਲਕੁਲ ਮੈਂ ਫੇਸਬੁੱਕ ਤੇ ਜਾਂਦਾ ਹੈ ਅੱਛਾ ਕਮਲ ਸਿੰਘ ਇੱਕ ਗੱਲ ਤਾਂ ਹੈ ਕਿ ਤੇਲੀਆਂ ਦਾ ਮੁੰਡੇ ਨੇ ਪੂਰੀ ਜੁਰਤ ਦਿਖਾਈ ਹੈ ਕਿ ਜੇ ਮੈਨੂੰ ਹੁਣ ਜ਼ਾਲਮ ਮੰਡਲੀ ਦਾ ਸਰਦਾਰ ਬਣਾਇਆ ਤਾਂ ਮੈਂ ਤੁਹਾਡਾ ਧਾਰਮਿਕ ਲੀਡਰ ਵੀ ਬਣ ਕੇ ਰਹਾਂਗਾ ਚਾਹੇ ਤੁਹਾਡੇ ਧਾਰਮਿਕ ਗੁਰੂ ਜੋ ਮਰਜੀ ਕਹਿਣੇ ਬਿਲਕੁਲ ਠੀਕ ਹੈ ਉਹਨਾਂ ਨੇ ਤੇਲੀਆਂ ਦਾ ਮੁੰਡਾ ਕਹਿ ਕੇ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸ਼ੰਕਰਾਚਾਰੀਆ ਉਹ ਕੰਪੈਰੀਜ਼ਨ ਕੀਤਾ ਇੱਕ ਹੋਰ ਗੱਲ ਕਿ ਸਿੱਖਾਂ ਨੂੰ ਹੁਣ ਇਕੱਲਾ ਪੰਜ ਅੱਖੀ ਮੁਰਕਾਂ ਦੇ ਆਸਰੇ ਹੀ ਨਹੀਂ ਰਹਿਣਾ ਚਾਹੀਦਾ ਜਿਹੜੀਆਂ 5 ਵਾਈਜ਼ ਕੰਟਰੀ ਤੱਕ ਨਹੀਂ ਸਾਨੂੰ اپنی ਲੋਬੀ ਹੋਰ ਪਾਸੇ ਸਪਰੈਡ ਕਰਨੀ ਚਾਹੀਦੀ ਹੈ। ਦੂਜੇ ਯਤਨ ਵੀ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਭਾਰਤੀ ਸਟੇਟ ਸਮਝਦੀ ਹੈ ਕਿ ਜੇ ਉਤਰੀ ਕੋਰੀਆ, ਇਰਾਨ, ਚੀਨ ਆਦਿ ਦੇਸ਼ ਪੱਛਮੀ ਤਾਕਤਾਂ ਨਾਲ ਵਿਗਾੜ ਕੇ ਜਿਉਂਦੇ ਰਹਿ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਨਾਲੇ ਉਹਨਾਂ ਨੇ ਸਾਡੇ ਲੋਕਾਂ ਨੂੰ ਆਪਣਾ ਸਮਾਨ ਵੇਚਣਾ ਹੈ। ਇਸ ਲਈ ਥੋੜੀ-ਬਹੁਤ ਸਾਂਝ ਤਾਂ ਰੱਖਣ ਗਈ। ਹਾਂ ਜੇ ਕਿਸੇ ਕਾਰਨ ਕਰਕੇ ਪਾਕਿਸਤਾਨ ਅਮਰੀਕਾ ਦੇ ਸਬੰਧ 1990 ਤੋਂ ਪਹਿਲਾਂ ਵਾਲੇ ਬਣਦੇ ਹੰਤਾ ਇਹ ਇੱਕ ਅਜਿਹੀ ਗੱਲ ਹੈ। ਯੂਪਾਰਤੀ ਹਾਕਮਾਂ ਲਈ ਬਹੁਤ ਦੁਖਦਾਈ ਹੋਏਗੀ ਤੇ ਉਹ ਜ਼ਰੂਰ ਰੋਕਣਾ ਚਾਣਗੇ ਕਮਲ ਸਿੰਘ ਜੀ ਨੇ ਬੜੀ ਡੂੰਗੀ ਗੱਲ ਕੀਤੀ ਹੈ ਅੱਛਾ ਅਕੇ ਭਾਈ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਓਪਨ ਰਹਿਣਾ ਚਾਹੀਦਾ ਹੈ ਮੁਲਕਾਂ ਦੇ ਐਲਾਈਅੰਸ ਬਣਦੇ ਟੁੱਟਦੇ ਨੇ ਔਰ ਉਹ ਇੰਟਰਸਟ ਨਾਲ ਜੁੜੇ ਹੁੰਦੇ ਨੇ ਸੋ ਸਾਨੂੰ ਆਪਣਾ ਇੰਟਰਸਟ ਪ੍ਰਮੁੱਖ ਰੱਖਣ ਦੀ ਲੋੜ ਹੈ ਅੱਛਾ ਵੀਰ ਜਸਬੀਰ ਸਿੰਘ ਮੁਹੰਮਦ ਅਨਵਰ ਬਾਬ ਸਿੰਘ ਦਵਿੰਦਰ ਸੰਧੂ ਦਲਜੀਤ ਸਿੰਘ ਪ੍ਰਭਜੀਤ ਸਿੰਘ ਮੌਂਟਰੀਅਲ ਉਹਨਾਂ ਸਾਰਿਆਂ ਨੇ ਫਤਿਹ ਔਰ ਖਾਲਸਤਾਨ ਜ਼ਿੰਦਾਬਾਦ ਕਿ ਉਹਨਾਂ ਕਾਰ ਸਿੰਘ ਸਾਹਿਬਾ ਉਹਨਾਂ ਨੇ ਫਤਿਹ ਬੁਲਾਈ ਹੈ ਉਹਨਾਂ ਨੇ ਕਿਹਾ ਜੀ ਅੱਜ ਮੈਂ ਮੋਦੀ ਦੀ ਰਾਮ ਮੰਦਰ ਦੇ ਉੱਤੇ ਸਪੀਚ ਸੁਣੀ ਜਿਸ ਦੇ ਵਿੱਚ ਇੱਕ ਗੱਲਬਾਤ ਕਹਿ ਰਿਹਾ ਹੈ ਕਿ ਕਾਲ ਚੱਕਰ ਬਦਲ ਚੁੱਕਾ ਹੈ ਤੇ ਮੈਨੂੰ ਲੱਗਦਾ ਵਾਹਿਗੁਰੂ ਦੇ ਮੂੰਹ ਚ ਇਹ ਗੱਲ ਆਪ ਕਢਾ ਰਹੇ ਨੇ ਕਿ ਇਹਨਾਂ ਦੀ ਉਲਟੀ ਗਿਣਤੀ ਚਾਲੂ ਹੋ ਚੁੱਕੀ ਹੈ ਜਿਸ ਤਰ੍ਹਾਂ ਖਾਲਸੇ ਨੇ ਮੁਗਲਿਆ ਹਕੂਮਤ ਦੀ ਜੜ੍ਹ ਭਾਰਤੀ ਖਿੱਤੇ ਚੋਂ ਪੱਟੀ ਫੇਰ ਬ੍ਰਿਟਿਸ਼ ਹਕੂਮਤ ਦੀ ਜੜ੍ਹ ਭਾਰਤੀ ਖਿੱਤੇ ਵਿੱਚੋਂ ਪੱਟੀ ਉਸੇ ਤਰ੍ਹਾਂ ਹੁਣ ਖਾਲਸਾ ਹਿੰਦੂਤਵਾਦੀ ਧੌਣ ਚ ਕੀਲਾ ਕੱਢ ਕੇ ਖਾਲਸਾ ਰਾਜ ਸਥਾਪਿਤ ਕਰੇਗਾ ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਭਾਈ ਇਹ ਹੁਣ ਆਪ ਹੀ ਜਿਹੜਾ ਉਹ ਸੱਚ ਉਗਲ ਰਿਹਾ ਨੇ ਔਰ ਇਵਨ ਇੱਕ ਦੇ ਹੋਰ ਮੂੰਹੋਂ ਵੀ ਸ਼ਾਇਦ ਉਹਨਾਂ ਨੂੰ ਪੰਪ ਖੈਰ ਜਦੋਂ ਕਿਹਾ ਕਿ ਰਾਮ ਜੀ ਤਾਂ ਆਪ ਪ੍ਰਸਥਾਨ ਕਰ ਗਏ ਫਿਰ ਕਹਿੰਦਾ ਉਹ ਨਹੀਂ ਵਾਪਸ ਆ ਗਏ ਹੁਣ ਪ੍ਰਸਥਾਨ ਹੁੰਦਾ ਨਿਕਲਣਾ ਸੋ ਉਹ ਮੈਂ ਕਹਿੰਦਾ ਵੀ ਇਹ ਹੈ ਜਿਹੜਾ ਉਹ ਰਾਮ ਤਾਂ ਢੜਾਤਾ ਮੋਦੀ ਆ ਗਿਆ ਉੱਤੇ ਰਾਮ ਤਾਂ ਛੱਡ ਗਿਆ ਬਚਾਰੇ ਜੁੰਧੇ ਮੇਰੇ ਖਿਆਲ ਕਮਟ ਹੋਣਗੇ ਹਾਂ ਸੋਨ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਬਾਬ ਸਿੰਘ ਕਹਿੰਦੇ ਨੇ ਲਾਰਜ ਨੰਬਰ ਆਫ ਹਿੰਦੂ ਫੈਮਿਲੀਜ਼ ਮੇਡ ਹੋਮਲੈਸ By destroying their houses with the use of bulldozer and building way, for tourists to Ayodhya Ramlala temple constructed on the land of demolished Babri Masjid, these homeless Hindu families couldn't be happy with the formation of a Ramlalla temple, as they have lost their homes in it. As locals said, they don't need a temple. Bilkul, mm -hmm. pahla, uh, Babri Masjid de ਔਰ ਹੁਣ 50 ਤੋਂ ਜ਼ਿਆਦਾ ਮੰਦਰ ਜਿਹੜੇ ਨੇ ਔਰ 3000 ਤੋਂ ਜ਼ਿਆਦਾ ਘਰ ਔਰ ਦੁਕਾਨਾਂ ਔਰ 2000 ਘਰ ਇਹ ਡਿਟੇਲ ਉਹਨਾਂ ਦੇ ਮੀਡੀਆ ਦੀ ਹੈ ਔਰ ਬਹੁਤ ਬਹੁਤ ਸ਼ੁਕਰੀਆ ਬਾਬ ਸਿੰਘ ਜੀ ਫਿਰ ਬਾਬ ਸਿੰਘ ਕਹਿੰਦੇ ਨੇ ਜੇ ਰਾਮ ਦਾ ਨਾਮ ਸੱਚਾ ਹੁੰਦਾ ਤਾਂ ਲੋਕ ਜਨਮ ਦਿਨ ਅਤੇ ਵਿਆਹ ਦੀਆਂ ਮੁਬਾਰਕਾਂ ਤੇ ਰਾਮ ਨਾਮ ਸਤ ਹੈ ਦਾ ਜਾਪ ਕਰਦੇ ਜੇ ਰਾਮ ਨਾਮ ਸੱਚ ਹੈ ਤਾਂ ਲੋਕ ਵਿਆਹ ਬੱਚੇ ਦੇ ਜਨਮ ਆਦ ਵਰਗੇ ਖੁਸ਼ੀ ਦੇ ਮੌਕਿਆਂ ਤੇ ਰਾਮ ਨਾਮ ਸੱਚ ਹੈ ਦਾ ਜਾਬ ਕਰਦੇ ਸੁਨੇ ਜਾਣਗੇ ਇਹ ਵੀ ਵੈਸੇ ਮੇਰੇ ਮੇਰੇ ਵੀ ਇੱਕ ਖਿਆਲ ਚ ਗੁਜ਼ਰਦਾ ਹੈ ਕਿ ਸਿਰਫ ਇਹ ਜਿਹੜਾ ਜਦੋਂ ਕਿਸੇ ਪ੍ਰਾਣੀ ਨੂੰ ਸੰਸਕਾਰ ਦੇ ਲਈ ਲਜਾਇਆ ਜਾ ਰਿਹਾ ਹੁੰਦਾ ਹੈ ਹਿੰਦੂਆਂ ਚ ਉਦੋਂ ਹੀ ਰਾਮ ਨਾਮ ਸੱਪ ਹੈ ਹੁਣ ਤੁਸੀਂ ਕਿਸੇ ਦੇ ਵਿਆਹ ਦੇ ਮੌਕੇ ਨੇ ਸੁਣਿਆ ਹੁਣ ਨਾਮ ਸਾਦਾ ਤਾਂ ਕੁੱਟ ਖਾਏਗਾ ਜਿਹੜਾ ਕਹਿਗਾ ਇਹ ਵੀ ਵੈਸੇ ਕੋਈ ਸਾਡਾ ਵੀਰੇ ਦੱਸ ਸਕਿਆ ਕਿ ਭਈ ਇਹ ਸਿਰਫ ਰਾਮ ਦਾ ਨਾਂ ਉੱਥੇ ਹੀ ਕਿਉਂ ਰੱਖਿਆ ਹੋਇਆ ਹੈ ਇਹ ਖੁਸ਼ੀ ਜਾਂ ਬੱਚੇ ਦੇ ਜਨਮ ਜਾਂ ਵਿਆਹ ਦੇ ਮੌਕੇ ਕਿਉਂ ਨਹੀਂ ਜੀ ਅ ਵਰਿੰਦਰ ਸਿੰਘ ਕਹਿੰਦੇ ਨੇ ਈਗਰਲੀ ਵੇਟਿੰਗ ਫॉर ਰੈਫਰੰਡਮ voting ਇਨ ਅਮਰੀਕਾ ਟੂ ਸੀ ਅਨਦਰ ਸਲੈਪ ਔਨ ਦਾ ਫੇਸ ਆਫ ਮਦਰ ਆਫ ਡੈਮੋਕਰੇਸੀ ਇੰਡੀਆ ਬਿਲਕੁਲ ਠੀਕ ਫਰਮਾਇਆ ਪੂਰਾ ਉਤਸ਼ਾਹ ਹੈ ਇਸ ਵੇਲੇ ਅੱਡ ਅੱਡ ਗੁਰਦੁਆਰਿਆਂ ਚੋਂ ਬੱਸਾਂ ਸੈਂਟ ਫੀਸਿਸ ਕੋਲ ਹੀ ਰਵਾਨਾ ਹੋਣਗੀਆਂ ਸਿਵਿਕ ਸੈਂਟਰ ਸੈਨ ਫ੍ਰਾਂਸਕੋ ਜਵੋਟਨ ਹੈ TV84 ਤੇ ਰੈਗੂਲਰ ਉਸ ਦਾ ਐਡਰੈਸ ਹੋਰ ਦੂਸਰਾ ਹੰਦ ਹੈ ਜੀ ਫਿਰ ਸੋਨ ਸਿੰਘ ਮਾਲ ਕਹਿੰਦੇ ਨੇ ਡਾਕਟਰ ਸਾਹਿਬ ਜੀ ਕੰਗੜਾ ਦੀ ਸੁਖ ਪੂਰੀ ਹੋ ਗਈ 60 ਸਾਲਾ ਸਰਦਾਰ ਮਿਲ ਗਿਆ ਫੋਟੋ ਵੀ ਪਾਈਆ ਕੰਗੜਾ ਦੀ ਆ ਸੋਨੇ ਮੈਨੂੰ ਨਹੀਂ ਸਮਝ ਆਈ ਵੀ ਕੀ ਕਹਿਣਾ ਚਾਹੁੰਦੇ ਨੇ ਕੀਤਾ ਦਾ ਕੋਈ ਵਿਅੰਗ ਈ ਆ ਉਹਨਾਂ ਨੇ ਆ ਤਾਂ ਇਹ ਵੀ ਉੱਥੇ ਪਹੁੰਚੀ ਹੋਈ ਸੀ ਜਿਹੜੀ ਆ ਉਹ ਆਸ਼ੀਰਵਾਦ ਲੈ ਆਸ਼ੀਰਵਾਦ ਲੈਣ ਲਈ ਹਾਂਜੀ ਔਰ ਰਾਜਬਿੰਦਰ ਸਿੰਘ ਕਹਿੰਦੇ ਨੇ ਕਿ ਜੀ 올 ਥੀਸ ਪੀਪਲ ਲਿਵਿੰਗ ਇਨ ਯੂ ਐਸ ਏ ਐਂਡ ਫੀਲਿੰਗ ਪ੍ਰਾਊਡ ਆਫ ਰਾਮ ਟੈਂਪਲ ਦੇ ਸ਼ੁੱਡ ਬੀ ਅਸ਼ੇਮਡ ਆਫ ਟੈਰਰਿਸਟ ਇੰਡੀਅਨ ਸਟੇਟ ਵਿਚ ਮੇਡ ਥੈਮ ਮੂਵ ਟੂ ਥਿਸ ਗ੍ਰੇਟ ਨੇਸ਼ਨ ਯੂ ਐਸ ਏ ਫਿਰ ਉਹਨਾਂ ਨੇ ਕਿਹਾ ਹਾਊ ਹਿਪੋਕ੍ਰਿਟੀਕਲ ਸਮ ਪੀਪਲ ਆਰ ਐਸ ਦੇ ਆਲਵੇਜ਼ ਕੰਪਲੇਨਿੰਗ ਅਬਾਊਟ ਐਕਸਪੈਂਸਸ ਐਟ ਆਵਰ ਗੁਰੂ ਘਰਸ ਐਂਡ ਨੋ ਵਰਡ ਫਰਮ ਥੈਮ ਐਟ ਦਾ ਕਾਸਟ ਆਫ ਥਿਸ ਡਰਾਮਾ ਐਟ ਰਾਮ ਮੰਦਰ ਔਰ ਇਹ ਤਾਂ ਕਾਮਰੇਡ ਤੁਹਾਨੂੰ ਕਿਤੇ ਨਜ਼ਰ ਨਹੀਂ ਆਏ ਕਿ ਭਾਈ ਉਹਨਾਂ ਨੇ ਇਸ ਕਿਸਮ ਦਾ ਖਰਚਾ ਵੀ ਔਰ ਵੈਸੇ ਵੀ ਕਿ ਭਾਈ ਇੱਕ ਸੈਕੂਲਰ ਸਟੇਟ ਨੂੰ ਤੁਸੀਂ ਕਿਸ ਪਾਸੇ ਵੱਲ ਬਦਲ ਦੁੱਤਾ ਔਰ ਹੁਣ ਮੈਂ ਕੁਇਕਲੀ ਗੁਰਬਾਣੀ ਵਿਚਾਰ ਵੱਲ ਆਵਾਂ ਜਿਵੇਂ ਜਿਸ ਰਾਗ ਦੇ ਵਿੱਚ ਆਸਾ ਚ ਇਹ ਚੱਲ ਰਿਹਾ ਹੈ ਤੀਸਰੇ ਪਾਤਸ਼ਾਹ ਦੇ ਦੋਹ ਸ਼ਲੋਕ ਨੇ ਤੇ ਉਸ ਦੇ ਨਾਲ ਪਾੜੀ ਹੈ ਜੀ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਵਿਖਾਣਾ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨ ਚੇਤੇ ਜੋ ਦਿੰਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲੋ ਨਾ ਕਟੀਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨ ਸੂਝੈ ਅੰਧਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰੂ ਮਿਲੇ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪਹਿਨਣਾ ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨ ਵਿਸਾਰੀਐ ਜਿਤ ਦਰ ਸਚੈ ਸੋਭਾ ਪਾਇ ਅੱਛਾ ਕਿ ਇੱਕ ਪਾਸੇ ਪੰਡਤ ਜਿਹੜੇ ਜ਼ਾਰ ਹੈ ਆਪਣੇ ਆਪ ਨੂੰ ਵੇਦਾਂ ਸ਼ਾਸਤਰਾਂ ਸਿਮਰਤੀਆਂ ਉਪਨਿਸ਼ਿਦਾਂ ਦੇ ਮਾਰ ਔਰ ਗਿਆਨ ਦੇ ਹੰਕਾਰ ਚ ਹੁੰਦੇ ਨੇ ਉਹਨੂੰ ਪੜ ਪੜ ਕੇ ਕਿ ਭਾਈ ਅਸੀਂ ਫਲਾਣ ਸ਼ਾਸਤਰ ਤੇ ਲਿਖਿਆ ਤੇ ਟਿਮਕੇ ਤੇ ਲਿਖਿਆ ਜੀ ਪਰ ਅਸਲ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਵੇਦਾਂ ਦੇ ਗਿਆਨੀ ਔਰ ਵਿਦਵਾਨ ਕਹਿਣ ਵਾਲੇ ਨੇ ਉਹ ਮਾਇਆ ਦੇ ਮੋਹ ਵਿੱਚ ਸੁੱਤੇ ਹੁੰਦੇ ਨੇ ਆਪ ਉਸ ਮਾਇਆ ਦੀ ਗ੍ਰਿਪ ਚੋਂ ਨਹੀਂ ਨਿਕਲੇ ਹੁੰਦੇ ਔਰ ਮਾਇਆ ਜਿਹੜਾ ਦੂਜੇ ਪਾਇਆ ਈਸ ਦੇ ਵਿੱਚ ਫਸ ਕੇ ਰੱਬ ਦਾ ਨਾਮ ਉਹਨਾਂ ਨੂੰ ਚੇਤੇ ਨਹੀਂ ਹੁੰਦਾ ਔਰ ਇਹ ਕਹਿ ਰਹੇ ਨੇ ਗੁਰੂ ਸਾਹਿਬ ਕੇ ਪਾਇਆ ਮੇਰੇ ਮਨ ਮੂਰਖ ਹੂੰ ਵਾਦੂ ਤੂੰ ਗੱਲਾਂ ਗਿਆਨ ਦੀਆਂ ਕਰਦੇ ਪਰ ਤੂੰ ਮਾਇਆ ਦੇ ਵਿੱਚ ਸੁੱਤਾ ਹੋਇਆ ਹੈ ਅਲਟੀਮੇਟਲੀ ਤੂੰ ਸਜ਼ਾ ਯਾਫਤਾ ਹੋਏਗਾ ਕਿਉਂਕਿ ਜਿਸ ਵਾਹਿਗੁਰੂ ਨੇ ਜੀਓ ਪਿੰਡ ਬੋਡੀ ਮਾਈਂਡ ਇਹ ਸਾਰਾ ਕੁਝ ਦਿੱਤਾ ਰਿਜਕ ਦਿੱਤਾ ਉਹਨੂੰ ਤੂੰ ਜਿਹੜਾ ਉਹ ਕਦੇ ਵੀ ਸਚਾਰਤਾ ਨਾਲ ਯਾਦ ਨਹੀਂ ਕੀਤਾ ਔਰ ਇਸੇ ਕਰਕੇ ਤੂੰ ਜਨਮ ਮਰਨ ਦੇ ਚੱਕਰ ਚੋਂ ਫ੍ਰੀ ਨਹੀਂ ਹੋਏਗਾ ਤੇਰੇ ਗਲ ਚੋਂ ਇਹ ਮੌਤ ਦਾ ਫੰਦਾ ਨਹੀਂ ਉਤਰੇਗਾ ਫਿਰ ਫਿਰ ਆਵੇ ਜਾਏ ਔਰ ਇਹ ਕਿਉਂਕਿ ਮਨਮੁਖ ਜਿਹੜਾ ਹੈ ਉਹਨੂੰ ਉਹ ਗੱਲਾਂ ਬਾਤਾਂ ਜੋ ਮਰਜ਼ੀ ਕਰੇ ਪਰ ਅਸਲ ਦੇ ਵਿੱਚ ਉਸ ਦੇ ਉਹ ਅੰਨਾ ਹੁੰਦਾ ਉਸ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁੰਦਾ ਕਈ ਵਾਰ ਉਸ ਦੀ ਕਮਾਈ ਨਹੀਂ ਹੁੰਦੀ ਕਿ ਉਸ ਨੂੰ ਰੱਬ ਇਹ ਰਹਿਮਤ ਦੇ ਇਹ ਤਾਂ ਸਤਿਗੁਰੂ ਦੀ ਰਹਿਮਤ ਨਾਲ ਪੂਰੇ ਭਾਗ ਹੋਣ ਫੋਰਚੂਨੇਟ ਏਨਾਫ ਹੋਏ ਫਿਰ ਵਾਹਿਗੁਰੂ ਮਿਲਦਾ ਹੈ ਔਰ ਸੁੱਖਾਂ ਦਾ ਦਾਤਾ ਨਾਮ ਮਨ ਦੇ ਵਿੱਚ ਵਸਾ ਦਿੰਦਾ ਹੈ ਔਰ ਜਦੋਂ ਇਹ ਨਾਮ ਆ ਕੇ ਵਸਦਾ ਹੈ ਫਿਰ ਉਹਦਾ ਮੰਨਣਾ ਜ਼ਿੰਦਗੀ ਨੂੰ ਪਹਿਨਣਾ ਉਹ ਸਭ ਕੁਝ ਹੀ ਉਸ ਨਾਮ ਦੇ ਸੁੱਖ ਦੇ ਵਿੱਚ ਬਤੀਤ ਹੁੰਦਾ ਹੈ ਔਰ ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਨਾਮ ਨੂੰ ਜਿਹੜਾ ਸਭ ਕਿਸਮ ਦਾ ਸੁੱਖ ਦੇਣ ਵਾਲਾ ਹੈ ਕਦੇ ਵੀ ਮਨੋਂ ਨਾ ਵਿਸਾਰੀਏ ਕਦੇ ਵੀ ਉਹ ਭੁੱਲੇ ਨਾ ਜਿਤ ਦਰ ਸੱਚਾ ਸ਼ੋਭਾ ਪਾਏ ਉਸ ਦੇ ਨਾਲ ਹੀ ਅਸੀਂ ਉਸ ਰੰਕਾਰ ਦੀ ਦਰਗਾਹ ਦੇ ਵਿੱਚ ਸੋਭਾ ਵੀ ਪਾਉਂਦੇ ਔਰ ਮੈਂ ਬਾਕੀ ਜਿਹੜਾ ਹੈ ਉਹ ਕੱਲ ਵਾਲੇ ਪ੍ਰੋਗਰਾਮਸ ਡਿਸਕਸ ਕਰਾਂ ਜੀ ਦਾ ਸਾਥ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਵਾਸਤਨਾਮ ਨੇ ਵਿਊਰਸ ਕੋਲ ਨੇ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਫੁੱਲਾ ਸਾਡੀ ਸਪੱਤੇ ਤੇ SWASTV 24.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਕਾਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ ਦੇਖਦੇ ਰਹੋ ਜੀ ਵੀਰਫੋ ਫਲਾਦੇ ਹੋ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਰਬ ਰਾਕਾ